ਪੰਥ ਦੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਕਿਰਪਾਲ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਹੀ ਜਿੱਥੇ ਸਿੱਖ ਜਗਤ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਸੀ, ਉੱਥੇ ਹੀ ਭਾਈ ਗੁਰਕਿਰਪਾਲ ਸਿੰਘ ਦੇ ਸਹੀ ਸਲਾਮਤ ਹੋਣ ਦੀ ਖਬਰ ਨੇ ਸਿੱਖ ਸੰਗਤਾਂ ਨੂੰ ਰਾਹਤ ਦਿੱਤੀ ਹੈ। ਇਸ ਸੰਬੰਧੀ ਭਾਈ ਗੁਰਕਿਰਪਾਲ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਖੁਦ ਸਪਸ਼ਟੀਕਰਨ ਦਿੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਹਨਾਂ ਦੀ ਮੌਤ ਦੀ ਖਬਰ ਕਿਸੇ ਵਿਅਕਤੀ ਨੇ ਸ਼ਰਾਰਤ ਜਾਂ ਅਣਜਾਣ ਪੁਣੇ ਦੇ ਵਸ ਪੈ ਕੇ ਸੋਸ਼ਲ ਮੀਡੀਆ 'ਤੇ ਫੈਲਾਈ ਸੀ, ਜਿਹੜੀ ਕਿ ਸਰਾਸਰ ਗਲਤ ਅਤੇ ਝੂਠੀ ਹੈ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4/5/19 ਨੂੰ ਮੀਡੀਆ ਦੇ ਸਾਹਮਣੇ 10-10 ਮਿੰਟ ਸਿਰਫ ਬੋਲ ਰਿਹਾ, ਜੋ ਕਿਸੇ ਨੇ ਸ਼ਰਾਰਤ ਵਸ ਜਾਂ ਭੋਲੇਪਨ ਦੇ ਵਸ ਦਾਸ ਦੇ ਬਾਰੇ ਵੀ ਹਾਰਟ ਅਟੈਕ ਹੋਇਆ, ਇਸ ਤਰ੍ਹਾਂ ਜੋ ਵੀ ਪ੍ਰੋਬਲਮ ਹੋ ਗਈ ਹੈ ਪਾਤਾ, ਅਤੇ ਦਾਸ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਬਿਲਕੁਲ ਠੀਕ ਠਾਕ ਹਾਂ। ਇਹ ਸਾਰੀ ਅਫਵਾਹ ਹੈ, ਕਿਸੇ ਨੇ ਸ਼ਰਾਰਤ ਵਸ ਜਾਂ ਭੋਲੇਪਨ ਵਸ ਪਾਈ ਹੈ, ਅਤੇ ਆਪ ਜੀ ਦੀ ਕਿਰਪਾ ਨਾਲ ਇਹ ਮੈਂ ਅੱਜ 4/5/19 ਟਾਈਮ ਇਸ ਵੇਲੇ ਕੋਈ 1:15 ਦੇ ਕਰੀਬ ਹੈ, ਆਪ ਜੀ ਦੇ ਨਾਲ ਇਹ ਸਾਂਝ ਪਾ ਰਿਹਾ। ਗੁਰੂ ਸਾਹਿਬ ਜੀ ਦੇ ਸੰਗਤ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਸੰਗਤ ਦੀਆਂ ਅਸੀਸਾਂ ਨਾਲ ਹੀ ਚੱਲ ਰਹੇ ਹਾਂ। ਇਹ ਸਾਰੀ ਅਫਵਾਹ ਹੈ, ਸੰਗਤ ਸੁਚੇਤ ਰਹੇ, ਆਪ ਜੀ ਦੀ ਸੰਗਤ ਦੀ ਨਜ਼ਰ ਬਣੀ ਰਹੇ। ਫੋਨ ਬਹੁਤ ਆ ਰਹੇ ਸੀ ਤਾਂ ਵੀਡੀਓ ਬੋਲ ਕੇ ਪਾਣੀ ਪਈ ਜੀ, ਉਸ ਤਰ੍ਹਾਂ ਮੈਂ ਸਵੇਰੇ ਮੈਸੇਜ ਬੋਲ ਕੇ ਪਾ ਦਿੱਤਾ ਸੀ, ਉਹ ਕਹਿੰਦੇ ਵੀ ਵੀਡੀਓ 'ਤੇ ਮਿੰਟ ਨਹੀਂ ਪਾਓ। ਸਾਰੀ ਸੰਗਤ ਦੇ ਚਰਨਾਂ 'ਚ ਬੜੇ ਪਿਆਰ ਨਾਲ ਹਾਜ਼ਰੀ ਪ੍ਰਵਾਨ ਕਰਿਓ, ਸੀਸ ਦੇਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਖਬਰ ਫੈਲੀ ਸੀ ਕਿ ਭਾਈ ਗੁਰਕਿਰਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਭਾਈ ਗੁਰਕਿਰਪਾਲ ਲਈ ਪੋਸਟਾਂ ਪਾਉਣ ਲੱਗੇ ਸੀ। ਹੁਣ ਦੇਖਣਾ ਇਹੀ ਹੋਵੇਗਾ ਕਿ ਭਾਈ ਗੁਰਕਿਰਪਾਲ ਸਿੰਘ ਉਹਨਾਂ ਦੀਆਂ ਮੌਤ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਪੁਲਿਸ ਕਾਰਵਾਈ ਜਾਂ ਕੋਈ ਹੋਰ ਕਾਨੂੰਨੀ ਕਾਰਵਾਈ ਕਰਦੇ ਨੇ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।